ਸਾਡੇ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ ਜਿਹਨਾਂ ਨੇ ਮਾਂ ਮੋਟਰਸਾਈਕਲਾਂ ਦੇ ਦੇਣੇ ਆ ਮੇਰੀ ਵੀ ਕੁੱਲ ਮਿਲਾ ਕੇ ਕਹਿੰਦੇ ਰਾਸ਼ੀ ਜਿਹੜੀ ਹੈ ਨਾ ਸਵਾ ਕੁ 2 ਲੱਖ ਦੀ ਅੰਦਰ ਬਾਹਰ ਵੱਜ ਜਾਣੀ ਹੈ। 2.25 ਲੱਖ ਰੁਪਏ ਦਾ ਐਮਵੀ ਫਾਈਨਲ ਮੈਚ ਖੇਡਿਆ ਜਾਣਾ ਹੈ। ਉਧਰ ਘੱਲਾ ਵਾਲਾ ਸਾਡਾ ਯਾਰ ਲੈਮਿਟ ਵਾਲਾ ਰੇਲਿੰਗ ਵਾਲਾ ਕਹਿੰਦਾ ਵੀ ਜਿੰਨੇ ਜੱਫੇ ਕੰਬੂਰੇ ਲਾਉਣੇ ਹੈ ਉਹਨੇ 2-2 ਸੌ ਰੁਪਏ ਦੀ ਮਾਰ ਕੀਤੇ ਜਾਣੇ ਹੈ। ਐਵੇਂ ਘੱਲਾ ਵਾਲਿਆ ਮੇਰੀ ਪਿੰਡ ਦਾ ਮੁੰਡਾ ਪੁੱਜਿਆ ਤਾਂ ਫਰਵਟੀ ਦੇ ਮੈਦਾਨ ਦੇ ਵਿੱਚ ਲੰਗਰ ਚੰਡੀਗੜ੍ਹ ਦੀ ਧਰਤੀ ਦਾ ਉਹਦੇ ਵੱਲੋਂ ਵੀ ਮਾਇਆ ਦੇ ਕੱਥੇ ਦਿੱਤੇ ਜਾਣਗੇ। ਉਧਰਲੇ ਬੰਨੇ ਤਾਰਾ ਨੰਬਰਦਾਰ ਵੀ ਭੁੱਜ ਗਿਆ ਪਰਮਿੰਦਰ ਸਿੰਘ ਦੀ ਮਾਨ ਕਨੇਡਾ ਵੱਲੋਂ ਜੇ ਕਹਿੰਦੇ ਕੱਲਾ ਜਫਾ ਲਾਊਗਾ ਤੇ 200 ਦਿੱਤੇ ਜਾਣਗੇ। ਐਵੇਂ ਬੋਲਿਆ ਪਰਮਿੰਦਰ ਸਿੰਘ ਦੀ ਮਾਨ। ਉਧਰਲੇ ਬੰਨੇ ਮਤਾ ਸਰਪੰਚ ਦੀ ਕਹਿੰਦੇ ਵੀ ਜੇ ਕੋਈ ਵੀ ਜਾਫੀ ਜਫਾ ਲਾ ਦੇਵੇ ਤੇ ਸਾਡੇ ਵੱਲੋਂ 100 ਦਿੱਤਾ ਜਾਊਗਾ। ਬਲਜੀਤ ਤੇ ਨਾਲ ਜਸਪ੍ਰੀਤ ਕਹਿੰਦੇ USA ਵਾਲੇ ਉਹ ਵੀ 100-100 ਦੇਣਗੇ। ਨਾਲ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਵਿੱਚ ਕੌਣ ਜਿਹੜਾ ਜਗਪਾਲ ਧੌਲੇ ਦਾ ਰੌਲਾ ਨੇ ਰੱਪਾ ਨੇ ਦੀਪਾ ਖਰੇਵਾਲ ਤੇ ਬਾਬਾ ਬੈਨ ਕੋਵਰ ਉਹੀ 600 ਦੀ ਮਾਨ ਦੇਣਗੇ। ਕਬੱਡੀ ਦਾ ਮਾਇਦਾ ਹੋਇਆ ਕਹਿੰਦੇ ਅੰਗਿਆਰ ਕਬੱਡੀ ਪਾਉਣ ਚੱਲਿਆ ਜੋਤ ਭਿੰਡਰਾਂ ਵਾਲੇ ਦੇ ਕਿਹੜੇ ਕਿਹੜੇ ਫੈਨ ਪੁੱਜੇ ਕਰੀ ਤਾਲੀ ਮਾਰ ਦੇ ਦੱਸ ਵੀ ਉਧਰਲੇ ਬੰਨੇ ਘੱਲਾਂ ਵਾਲਾ ਅੰਮੋ ਹੈ ਇਧਰਲੇ ਬੰਨੇ ਕਾਲੀ ਰੇਲਗ ਵਾਲੇ ਵੀ 100-100 ਦੀ ਮਾਨ ਦੇਣਗੇ। ਆ ਮੁੰਡੇ ਦੀ ਨਿੱਕੀ ਉਮਰ ਸ਼ੌਕ ਦਾ ਤੂਫਾਨ ਘੱਲਾਂ ਵਾਲਾ ਅੰਮੋ ਸੱਜੇ ਖੱਬੇ ਲੈਫਟ ਰਾਈਟ ਇੱਥੇ ਰੱਖ ਦੇਖੋ ਨਾ ਜਾਂਦਾ ਇਧਰਲੇ ਬੰਨੇ ਨੰਬਰ ਵਾਲਾ ਮੁੰਡੇ ਦਾ ਘੱਟ ਮਰੂਤੀ ਕਾਰ ਵਰਗਾ। ਸਿਆਣੇ ਕਹਿੰਦੇ ਆ ਮਰੂਤੀ ਦਾ ਕੀ ਚਲਾਉਣਾ ਜਿਹੜੀ ਸਾਫਣ ਦਾਨੀ ਹੈ ਉਹ ਬੱਸ ਦਾ ਕੀ ਚਲਾਉਣਾ ਜਿਹੜੀ ਆਪ ਚਲਾਨੀ ਹੈ ਚਲਾਉਣਾ ਤਾਂ ਆਪਾਂ ਹੀ ਘੱਟ ਚਲਾ ਜਿਹਦੀ ਮਰਦ ਨਿਸ਼ਾਨੀ ਹੈ। ਇਹ ਆ ਮਰਦਾਂ ਦੀ ਖੇਡ ਕਬੱਡੀ। ਇੱਕ ਵਾਰੀ 2 ਟੀਮਾਂ ਲਈ ਤਾੜੀ ਮਾਰਦੇ ਮੈਚ ਪੂਰਾ ਤਕੜਾ ਮੇਰੇ ਵੀਰੋ ਲਾ ਕਹਿੰਦੇ ਰਾਜ ਝੋਟ ਸਿਰਵੇ ਵਾਲਾ ਕਬੱਡੀ ਪਾਉਣ ਚੱਲਿਆ ਐਵੀ ਗੁਰਚਰਨ ਛੇੜ ਕਹਾਣੀ ਮੁੰਡੇ ਦੀ ਸਾਹਮਣੇ ਰਾਜ ਝੋਟ ਸਿਰਪਾ ਵੱਡੀ ਲੈ ਸਾਹਮਣੇ ਕਬੱਡੀ ਦੇ ਮੈਦਾਨ ਵਿੱਚ ਸੰਗਰੂਰ ਜ਼ਿਲ੍ਹੇ ਵਾਲਾ ਮੁੰਡਾ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਸਰਦਾਰ ਮਹਿੰਦਰ ਸਿੰਘ ਜੀ ਗੋਪਾਲ ਦਾ ਪੁੱਤਰ ਹੈ ਔਰ ਦੂਸਰੇ ਪਾਸੇ ਦੇਖੋ ਕਬੱਡੀ ਦੇ ਮੈਦਾਨ ਵਿੱਚ ਗੱਲ ਸਿਰੇ ਤੇ ਲਾਉਣੀ ਹੈ। ਇਹ ਆ ਪਹਿਲਾ ਗੱਲ ਦੀ ਧਰਤੀ ਦਾ ਮੇਰੇ ਮਿੱਤਰ ਟਰੈਕਟਰਾਂ ਦਾ ਜਿੱਤ ਫੜਾ ਰਹੀ ਹੈ ਕਬੱਡੀ ਦਾ ਖਿਡਾਰੀ। ਉਧਰਲੇ ਬੰਨੇ ਕਬੱਡੀ ਦੇ ਪ੍ਰਮੋਟਰਾਂ ਦਾ ਪੂਰਾ ਉਹਦਾ ਲੋਟ ਉਧਰਲੇ ਬੰਨੇ ਕਬੱਡੀ ਦੇ ਖੇਡ ਮੈਦਾਨ ਵਿੱਚ ਕਬੱਡੀ ਦੇ ਖਿਡਾਰੀਆਂ ਦੇ ਖਰਚ ਦਾ ਨੋਟ ਮਤਾ ਸਰਪੰਚ ਦੀ ਕਹਿੰਦੇ 100 ਦੇ ਮਾਨ ਦੇਣਗੇ। ਰਾਲੀ ਅਜੇ ਦੇ ਵੇਲੇ ਢਾਲੀ ਰੇਲਿੰਗ ਵਾਲੇ ਵੀ ਉਧਰਲੇ ਬੰਨੇ ਹੈਪੀ ਸੋਡਾ ਉਹ ਵੀ ਮਾਰ ਦੇਣਗੇ। ਲਾਓ ਕਹਿੰਦੇ ਸੋਨਾ ਢਾਲੀ ਕਬੱਡੀ ਦੇ ਖੇਡ ਮੈਦਾਨ ਵਿੱਚ ਅੱਜ ਨਜ਼ਾਰਾ ਵੱਖਰਾ। ਕਹਿੰਦੇ ਕਿਸ਼ਨਪੁਰੇ ਦੀ ਧਰਤੀ ਹੈ 363 ਕਬੱਡੀ .com ਲਾਈਵ ਕਰ ਰਹੀ ਹੈ। ਉਧਰਲੇ ਬੰਨੇ ਲਾਡੀ ਭੰਭੇਰ ਕਹਿੰਦੇ ਸੋਸਣ ਵਾਲਾ ਆਨੰਦ ਮਾਣਦਾ ਹੈ। ਅਮਰਜੀਤ ਚੋਰ ਤੇ ਕਮਲ ਬਰਾੜ ਤੇ ਨਾਲ ਲੱਖਾ ਪੜਾਣੇ ਵਾਲਾ ਸਵਰਾਜ ਫੌਜੀ ਹੋਰੀ ਤੇ ਇਸ ਨਗਰ ਦੇ ਬੜੇ ਸਰਦਾਰ ਜਗ ਬਲਜੀਤ ਜਸਪ੍ਰੀਤ ਭਾਈ ਪਰਮਿੰਦਰ ਹੋਰੀ ਸਾਡੇ ਜਗੀਰ ਸਿੰਘ ਹੋਰੀ ਸਾਰੇ ਭਰਾ ਉਧਰਲੇ ਬੰਨੇ ਬਲਵਿੰਦਰ ਸੀਮਿੰਟ ਸਟੋਰ ਤੇ ਬਲਵਿੰਦਰ ਸਿੰਘ ਦੀ ਸੀਨੀਅਰ ਮੀਤ ਪ੍ਰਧਾਨ ਉਹ ਵੀ ਮਾਇਆ ਦੇ ਗੱਦੇ ਦੇਣਗੇ। ਆਹ ਮੁੰਡੇ ਦਾ ਜਗਪਾਲ ਢੌਲਾ ਪਿੰਡ ਦੇ ਕਹਿੰਦੇ ਦਿੱਲਾ ਗਗੜੇ ਵਾਲਾ ਫਿਰ ਕੋਸ਼ਿਸ਼ ਕਰਦਾ ਜਸ ਦੇ ਪਿੰਡ ਦਾ ਮੁੰਡਾ ਹੈ। ਲੰਦਰ ਸਾਹਮਣੇ ਪੈਂਦੇ ਹੋਏ ਨੌਜਵਾਨ ਗੱਭਰੂ ਦੀ ਕਬੱਡੀ ਹੈ ਮੁੰਡੇ ਦਾ ਸਮੁੰਦਰ ਜਿਹਾ ਕੱਦ ਛੋਟੀ ਜੀ ਉਮਰ ਭਿੰਡਰਾਂ ਵਾਲਾ ਛੋਟੇ ਕਮਰੇ ਪੰਡੀਆਂ ਮੱਲਾਂ ਮਾਰਨ ਵਾਲਾ ਖਿਡਾਰੀ ਕਬੱਡੀ ਦੇ ਵਿਰਾਸਤ ਕਬੱਡੀ ਪਾ ਰਹੀ ਹੈ। ਕੰਮਾ ਭਾਈ ਕਹਿੰਦੇ ਦਾਨੇ ਵਾਲ ਉਹਨਾਂ ਵੱਲੋਂ ਜਿਹੜੀ ਟੀਮ ਫਾਈਨਲ ਜਿੱਤੂਗੀ 2000 ਰੁਪਇਆ ਦਿੱਤਾ ਜਾਊਗਾ। ਲੈ ਵੀ ਜੋਧਪੁਰ ਟੀਮਾਂ ਵਾਲਿਆ ਮੁੰਡੇ ਦੇ ਲਾਗੇ ਘੱਲਾਂ ਵਾਲਾ ਘੱਲਾਂ ਵਾਲਾ ਘੱਲਾਂ ਵਾਲਾ ਫਿਰ ਦੇਖੋ ਕਹਿੰਦੇ ਭਿੰਡਰਾਂ ਦੀ ਤੂੰ ਵੀ ਪਹਿਲਾਂ ਵੀ ਬੋਲੀ ਤੇ ਕਹਿੰਦੇ ਘੱਲਾਂ ਦੀ ਤੂੰ ਵੀ ਕਬੱਡੀ ਆ ਬੋਲੀ ਹੈ। ਡਾਕਟਰ ਮਿਲਖਾ ਆਪਣੇ ਘਰੇ ਚਲਾ ਜਾਵੇ ਬਹੁਤ ਬਹੁਤ ਧੰਨਵਾਦ। ਮੈਨੂੰ ਕਹਿੰਦੇ ਕਾਦੇ ਮੋੜੇ ਵਾਲਾ ਇੰਦਰਜੀਤ ਆਪ ਤੇ ਲਖਵੀਰ ਸਿੰਘ ਦੀ ਮਾਨ ਜੋਤ ਪਿੰਡ ਨੂੰ ਜੱਫਾ ਲਾਊਗਾ ਨਾ ਤੇ 200 ਦਿੱਤਾ ਜਾਊਗਾ। ਮੈਂ ਵੀ ਸ਼ਾਹ ਜੀ ਔਰ ਮਾਨ ਸਨਮਾਨ ਰਾਜ ਢੋਲ ਦੇ ਵਕੀਲਾਂ ਵਾਲੇ ਦਾ ਸੋਨੀ ਆਈਫੋਨ ਦਾ ਮਾਸਮਾ ਹੋਣਗੇ ਆਹ ਵੇਖੋ ਕਬੱਡੀ ਗਰਾਊਂਡ ਵਿੱਚ ਅਵਤਾਰ ਅਵਤਾਰ ਕਮੇਟੀ ਮੈਂਬਰ ਤੇ ਨਾਲ ਹੈਤਾ ਸੋਡਾ ਸਾਡਾ ਵੀਰ ਕਹਿੰਦੇ ਜਿਹੜੀ ਟੀਮ ਫਾਈਨਲ ਜਿੱਤੂਗੀ 500 ਦੇਵਾਂਗੇ। ਬਹੁਤ ਬਹੁਤ ਧੰਨਵਾਦ ਹੈ। ਮਾਇਆ ਵੱਧ ਹੈ ਪਰ ਮਾਫੀ ਚਾਹਾਂਗੇ। ਬੱਤੀ ਦਾਮ ਦੇ ਕਦੀਵ ਇੱਕ ਨਾ ਹੀ ਨਿਕਲਣਾ ਵਾਰੀ ਵਾਰੀ ਤੁਰਿਆ ਬਾਈ ਜੀ ਸਾਰਿਆਂ ਦੇ ਨਾਮ ਲਈ ਚੱਲਾਂਗੇ। ਲਓ ਸਾਹਮਣੇ ਕਹਿੰਦੇ ਮੁੰਡਾ ਅਹਿਮਦਗੜ੍ਹ ਦੀ ਧਰਤੀ ਦਾ ਕਬੱਡੀ ਵਾਲਾ ਹੈ ਕਿੰਗ ਹੈ ਕੱਲਾ ਵਾਲਿਆ ਲੈਖਾ ਮੁੰਡਾ
रखे सारे भावों जगपाल का धौला पिंड है और सामने अगली उड़ान भर रहा है चार जाती है चारा नौजवाना है जेड़ा फट के गबरू ट्राई करूंगा कमल राउर यूएसए वाला कहते हैं इस गबरू और इन्हें टीमों के पार करता है लाल सामने जगपाल धौले पिंड का कबड्डी पा रहा है और चार यात्री है चारा के बचों चाहे काके ने टक्कर लेनी है चाहे पिले ने टक्कर लेनी है पर आ देखो सामने कबड्डी के मैदान में खिच की लकीर है अज पता लगूगी ना तगड़ा शरीर है पिंडू सबे वाग पा दे कबड्डी है जितने नहीं देने कोई होर मित्रों और सामने पैकअपे में चुमना लागे चौड़िया पट्टा का पूरा जिंदगी ने सामने लागे चौड़िया पट्टा का जो मित्रों गुरप्रीत सिंह मुटकी वाला कहते भी नाल के परिवार मित्र कहते 200 रुपया जरा जफा लाओ हरजिंदर आलख नाल मिंटू कहते चादखोज वाला लखवीर प्रधान कनेडा उन्होंने वालों भी 200 दिता जाऊगा आवाज छोक का तफान कबड्डी के ग्राउंड में कुछ गहरे झलां के कले शेर मीने के बिच कान थले तफाना सागर बंद नहीं होंगे कुछ गिल बगराड़ी का कहते जिन्हें भी भरा सारे कमेटी मैंबर हैप्पी मनदे उन्होंने भी वड्डा धन्नवाद बड़े प्यार हो गए है एक पास ये भी गोपाल राम का पुत है पर दूसरे पासे मुंडा आओ देखो सामने मिंटू कनेडा वाले आ देख लो सामने कबड्डी के मैदान में राज झोट अपनी टीम के लिए नंबर जोड़ता है आ चलिया कबड्डी का सरदार लिंदू इंद्र की धरती का लीग कबड्डी भी खेलिया हालसा फिर इसी टीम के लिए छोटी सख्त आ मुड़े दिन कबड्डिया तुम्हें देखी है पर आ देखो सामने कबड्डी पा रहा है और चार यात्रियों देखो जेकर कला वाला अंबू जफा लाला तो लोग कहते तारियां भी बार गए तो मान सम्मान भी देंगे पास की तारा के नाल थोड़ा वीर पीरी लखवीर सिंह जी बड़े मानसान होने मेरे भीर उसके बंद कमा भाओ दानोवाल वालों जोड़ी टीम ओपन जीती है ना फाइनल उन्होंने कहते 2000 रुपये के मान सम्मान दिए जाने दर्शन सिंह जी कमेटी मैंबर नंदूर मैं भी नौजवाना पा भी जगपाल कबड्डी कबड्डी के ग्राउंड दिल्ली कसला सिकंजा नौजवाना है करला हो जा अर्जुन के तीर वर्गा और बने प्रेमी के वकील वाले के सोनी के दिल्ली की यारी कमल अरताब के नाल है उसके बने लखा पुराने वाला परमेंटर को कहने भी 5000 देगा ये गर्ग की टीम अच फाइनल जितती है 5000 रुपये के मान लखा पुराने वाला सारा वीर ये टीम ने मान सम्मान करेगा और चारे जाफी तावले के गगड़े का टिल्ला हो गया मूहे टकन लई भरू लग लगू जफा रवि पासा लेना है इस दे बने पॉइंट कहंदे गबरू कल्ला दी टीम दे से जज रे गुड जजमेंट रौला नहीं रप्पा नहीं कोई भी कोई गल नहीं अपने रैफरी बड़े सुनते हुए है मैच बराबर 500 रुपये का जाना है काली रेल वाला कहता है भी जेकर कला वाला अंबू जफा लावे तो बड़ी मान गुरप्रीत सेखों मेरे को देखे 200 ये जफा लगेगा पिंडरां दे जोबरों मुंडे की जवानी कहते दुध मखना का पाली नचती है और बंदे कला वाला गबरों छेती कहते जोत हाथ नहीं धरा मखन लोग अपने कहते शर्ट गड्डी देनी है मुक्त का एक सरदार बलविंदर सिंह जी साडे सीमेंट स्टोर वाले नाल सत्कार योग ने साडे बलविंदर सिंह जी उन्होंने भी धन्यवाद करांगे एक पासे सोनी है एक दूसरे पासे देखो बंदा भज्जिया जांदा गुड जजमेंट नंबर वकीला वाले सोनी ने कहते गगड़े की टीम गगड़े की टीम से सुधर गया भाग पिंड कहते भागा वाली धरती है उधरले वाले 70 दी टीम पुज डॉक्टर साहब
ਬਲਾਕ ਸੰਮਤੀ ਦੇ ਮੈਂਬਰ ਸਾਹਿਬ ਸਰ ਲੱਖਰ ਸਿੰਘ ਜੀ ਦਾ ਧੰਨਵਾਦ ਕਰਾਂਗੇ। ਦਰਸ਼ਨ ਸਿੰਘ ਕਮੇਟੀ ਸਾਡੇ ਦਰਸ਼ਨ ਸਿੰਘ ਕਮੇਟੀ ਮੈਂਬਰ ਗੜੀਏ ਨੂੰ 100 ਰੁਪਈਏ ਦਾ ਸਪੈਸ਼ਲ ਪ੍ਰਾਈਜ਼। ਨਾਰੀ ਸੁਖਰਾਜ ਰੋਟੇ ਗੱਲ ਕਰੂਗਾ ਰਾਜਵੀਰ ਸਿੰਘ ਵਾਲੇ ਨਾਲ ਮਿਲ ਕੇ ਆਪਣੀ ਤਿਆਰੀ ਕਰ ਲੈਣ ਮੇਰੀ ਵੀ ਰਾਜਵੀਰ ਸਿੰਘ ਵਾਲਾ ਤੇ ਸੁਖਰਾਜ ਰੋਟੇ ਦੋਨੋਂ ਵੀਰ ਜਾਂ ਫਿਰ ਸਾਡੇ ਕੋਲ ਸ਼ੇਰਗੜ ਵਾਲਾ ਮੁੰਡਾ ਗੌਰਵ ਸਾਡਾ ਵੀਰ ਆਓ ਮੇਰੇ ਵੀਰ ਲਾ ਕਹਿੰਦੇ ਟਾਪ ਦਾ ਮੁਕਾਬਲਾ ਉਹਦੇ ਕੰਮਾਂ ਭਾਈ ਕਹਿੰਦੇ ਜਾਨੂ ਔਰ ਪਿੰਡਾ ਜਿਹੜੀ ਟੀਮ ਕਹਿੰਦੇ ਫਾਈਨਲ ਖੇਡੂਗੀ ਤੇ ਜਿੱਤੂਗੀ 2000 ਦੇ ਮਾਨਸਨ ਹੋਣਗੇ। ਬਹੁਤ ਵੱਡਾ ਧੰਨਵਾਦ ਹੈ ਸਾਰੇ ਪ੍ਰਵਾਸੀ ਭਰਾਵਾਂ ਦਾ ਸਾਰੇ ਨਗਰ ਦਾ ਸਾਰੇ ਜਾਲੀ ਸੱਜਣਾ ਦਾ ਜਿਹਨਾਂ ਨੇ ਵੱਡੇ ਮਾਨਸਨ ਦੇਣੇ ਆ ਕਬੱਡੀ ਟੂਰਨਾਮੈਂਟ ਲਈ। ਗੱਲ ਸੱਚੀ ਸੱਚਿਆਂ ਦੀ ਰੱਬ ਕੇ ਵਾਹੀਏ ਰੱਜ ਕੇ ਖਾਈਏ ਥੋੜਾ ਖਾਈਏ ਖਰਚ ਲਈਏ ਥੋੜਾ ਦਾਨ ਪੰਨ ਤੇ ਲਾਈਏ ਜੇ ਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੋਟ ਬਾਲ ਛੱਡੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੋਟ ਬਾਲ ਛੱਡੀਏ। ਪੂਰੇ ਪਿੰਡ ਕ੍ਰਿਸ਼ਨਪੁਰੇ ਦਾ ਐਨਆਰਏ ਭਰਾਵਾਂ ਦਾ ਉੱਥੇ ਸਾਡੀ ਪ੍ਰਬੰਧਕ ਕਮੇਟੀ ਦਾ ਜਿਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਪੈ ਗਈ ਹੈ ਬਲਜੀਤ ਸਿੱਧੂ ਤੇ ਨਾਲ ਜਸਪ੍ਰੀਤ ਕਹਿੰਦੇ ਯੂਐਸਏ ਵਾਲਾ ਕੱਲਾ ਵਾਲਾ ਕੱਲਾ ਵਾਲਾ ਕੱਲਾ ਵਾਲਾ ਗੱਲ ਸੁਣ ਲੈ ਸਿਰੇ ਦੇ ਖਿਡਾਰੀ ਆਓ ਤੇਰਾ ਮੇਰਾ ਮੁਕਾਬਲਾ ਪਿੰਚ ਮਦਾਰ ਹੋਵੇ ਤੂੰ ਮੇਰੇ ਅੱਗੇ ਭੱਜੇ ਮੈਂ ਤੇਰੇ ਮਗਰ ਭੱਜਾ ਜਿਵੇਂ ਕੱਟੇ ਦੇ ਮਗਰ ਸੁਖਰਾਜ ਰੋਟੇ ਲੈਣੀ ਸੀਰ ਬਾਈ ਲੈਣੀ ਬਹੁਤ ਬਹੁਤ ਧੰਨਵਾਦ ਹੈ ਭਰਾਵਾ। ਆਮ ਟੂਰਨਾਮੈਂਟਾਂ ਦੇ ਜਾਡੀਆਂ ਬਦਲ ਜਾਂਦੀਆਂ ਪਰ ਸਾਡੇ ਭਰਾ ਨੇ ਸੁਬਾਹ ਤੋਂ ਲੈ ਕੇ ਕਹਿੰਦੇ ਪੁਆਇੰਟਾਂ ਦੀ ਗਲਤੀ ਸਾਂਭੀ ਹੈ ਕਿਹੜੀ ਟੀਮ ਜਿੱਤ ਰਹੀ ਹੈ ਉਧਰੇ ਬੰਨੇ 13.5 ਜਿਹੜੇ ਪੁਆਇੰਟ ਹੈ ਉਹ ਭਾਰਤ ਪ੍ਰਗਟੇ ਦੀ ਟੀਮ ਦੇ ਤੇ ਘੱਲਾ ਦੇ 7 ਪੁਆਇੰਟ ਹੈ ਦਸਵੀਰ ਇਸ ਮੈਚ ਵਿੱਚੋਂ ਭਾਰਤ ਪ੍ਰਗਟਾ ਜਿੱਤ ਰਹੀ ਹੈ। ਹੈਪੀ ਸਟਾਰ ਸਾਡੇ ਵੀ ਮੇਲਾ ਕਮੇਟੀ ਦੇ ਮੈਂਬਰ ਸਾਹਿਬ ਸਾਰਿਆਂ ਦਾ ਧੰਨਵਾਦ ਹੈ। ਸੁਖਰਾਜ ਰੋਟੀ ਮਨਦੀਪ ਕਾਲੀਏ ਵਾਲਾ ਉਹ ਮਾਈਕਰੋ ਤੇ ਬੋਲ ਰਹੇ ਸਾਰੇ ਪ੍ਰਸਿੱਧ ਬੁਲਾਰਿਆਂ ਦਾ ਧੰਨਵਾਦ ਹੈ ਦਰਸ਼ਕ ਵੀਰਾਂ ਦਾ ਔਰ ਸਾਡੇ ਅਫੀਸ਼ੀਅਲ ਵੀਰਾਂ ਦਾ ਖਿਡਾਰੀ ਵੀਰਾਂ ਦਾ ਫਿਰ ਤੋਂ ਧੰਨਵਾਦ ਕਰਾਂਗੇ। ਗਗੜੇ ਦੀ ਟੀਮ ਵੀ ਫਾਈਨਲ 'ਚ ਪੁੱਜ ਗਈ ਹੈ ਤੇ ਕਾਂਕਿਆਂ ਦੀ ਟੀਮ ਵੀ ਜਿਹੜੀ ਫਾਈਨਲ 'ਚ ਪੁੱਜ ਗਈ ਹੈ 75 ਦਾ ਮੈਚ ਚਾਲੂ ਕਰਾ ਦਿਓ। ਹਾਂਜੀ ਸੀਰ 75 ਦਾ ਮੈਚ ਚਾਲੂ ਕਰਾ ਦਿਓ 75 ਦਾ ਕਿਸ਼ਨਪੁਰਾ ਤੇ ਕਨਿਆਣੇ ਦੀ ਟੀਮ ਮਾਈਕ ਤੇ ਸੁਖਰਾਜ ਰੋਟੇ ਤੇ ਰਾਜਵੀਰ ਸਿੰਘ ਵਾਲਾ ਇਹ ਗਰਾਊਂਡ ਦੇ ਚਾਹੁੰਗੇ ਰਾਜਮੇਰ ਸਿੰਘ ਵਾਲਾ ਤੇ ਨਾਲ ਸਾਡਾ ਵੀਰ ਸਾਰੇ ਹੀ ਖੇਡ ਪ੍ਰੇਮੀਆਂ ਦਾ ਸਾਰੇ ਦਰਸ਼ਕ ਵੀਰਾਂ ਦਾ ਸਾਰੇ ਪ੍ਰਵਾਸੀ ਭਰਾਵਾਂ ਦਾ ਸਮੁੱਚੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦੇ ਹਾਂ। ਆਪਦੇ ਸਾਲ ਫਿਰ ਰੌਣਕਾਂ ਲੱਗਣਗੀਆਂ ਤੇ ਬੋਲ ਬੋਲਾਂਗੇ ਜੇ ਕਿਸੇ ਦੀ ਛਾਣ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਵੋਟਾਂ ਆਉਂਦੀਆਂ ਤੇ ਗਰਜਿਆਂ ਸੁਨੇਹ ਦੀ ਮਾਫੀ ਚਾਹੁੰਦੇ ਆ। ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ਣ ਹਾਰਿਆ ਬਖਸ਼ਣੀ ਤੈਨੂੰ ਬਖਸ਼ਣ ਹਾਰਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਈਕ ਤੇ ਰਾਜਵੀਰ ਸਿੰਘ ਵਾਲਾ ਤੇ ਸੁਖਰਾਜ ਰੋਟੇ ਗੱਲ ਕਰਨਗੇ। ਹੈਪੀ ਮੰਡ ਸਾਡਾ ਵੀਰ ਇੱਧਰ ਸਾਊਂਡ ਦੇ ਕੋਲ ਪਹੁੰਚ ਜੇ ਸਾਡਾ ਵੀਰ ਹੈਪੀ ਮੰਡ ਬੈਸਟ ਜਿਹੜੇ ਰੇਡੀਓ ਤੇ ਜਾਫੀ ਆਪਾਂ ਕਰਨੇ ਆ ਉਹ ਵੀ ਸਾਡੇ ਵੀਰਾਂ ਨੂੰ ਬੇਨਤੀ ਆ ਮੇਰੇ ਵੀਰ ਇੱਕ ਵੀਰ ਦੇ ਜਿਉਂਦੀ ਲੱਗ ਗਈ ਕਈ ਧਰਮਕੋਟ ਵਾਲਾ ਗੱਡੀ ਦੇ ਕੋਲ ਪਹੁੰਚ ਜੇ ਸਾਡਾ ਵੀ ਤਹਿ ਦਿਲੋਂ ਧੰਨਵਾਦ ਹੈ। ਆਹ ਵੀ ਜਿਹੜਾ ਕਬੱਡੀ 75 ਕਿਲੋ ਦਾ ਫਾਈਨਲ ਮੈਚ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਗੌਰਵ ਜੂਨਾ ਜੀ ਆ ਜਾਓ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰ ਅਵਤਾਰ ਸ਼ਾਂਤੀ ਸਾਡਾ ਵੀਰ ਕਬੱਡੀ ਦਾ ਸਟਾਰ ਖਿਡਾਰੀ ਉਸ ਵੀਰ ਨੂੰ ਬੇਨਤੀ ਆ ਬੂਟਾ ਅਮਰੀਆ ਨਾਲ ਜੀ ਯਾਦ ਕਰ ਰਹੇ ਨੇ ਗੁਰਚਰਨ ਸੁਨੇਹ ਨੂੰ ਆਣ ਕੇ ਮਿਲ ਲਵੇ ਸ਼ਾਂਤੀ ਸਾਡਾ ਵੀਰ ਗੌਰਵ ਜੂਨਾ ਜੀ ਮੈਚ ਤੇ ਆਉਣਗੇ ਤੇਜ ਬੁਰੇ ਆ ਦੇ ਪਰ ਤੇਜ ਬੁਰੇ ਜਿੱਦਿਆ
इधर खेड कबड्डी का 75 किलो भार का फाइनल मैच अज दे दिन का इस तो बाद कहते कबड्डी ओपन दिया दो टीम फाइनल दे विच पुजिया नहीं ते कौकिया ने तो कहते अज गल ही सिरे ला दिती है डॉक्टर मिलखा जिथे भी बात सुनता इतने संपर्क कर लवे साथियों के नाल बापू नी लभना लाभ लिया बिट्टू कुड़ी लाभ लिया रवाज दवाई आन के उन्हें बापू ने आना उड़ता यह नहीं पता बरनाले डिग्या पा हेलो फाइनल मैच जेकर शुरू पॉइंट 12:30 कबड्डी 75 का फाइनल मैच है 12:30 पॉइंट होंगे किशनपुरा गडियाली का जो मैच शुरू कर रहा फाइनल मैच जेंटा ते शांति अपनी गड्डी कोल चले जा गडियाना ते किशनपुरा टक्कर भी कहंदे सिरे दिया मेरे वीरो भाई दर्शक कहते ने सौ गवा के मैं दबाऊ भाई तारा नंबरदार जी दर्शकों की मांग कि मैं जरा सौ गवा के लवाया जाए तो एक बार तारी मर्द जरे कहने मैच सौ गवा के लवाया जाए लो जी कहते मैच भी सिरे का लगेगा हेलो भाई भाई चौ खाते से मैं जरा के लगे ठीक है अभी मेरी सौ खाने मेरे सीधे राटे लगूंगा लो जी एक बार तारी मार के तीनों टीम ने जी सौ चुक लिया तो मैच भी कहते टिकाने का खेडा जाना एक साइड कहते कड़ियाना पिंड जोड़ा हेलो खड़ा जी पावर खबरे है टेंट गिरे जाएंगे वेस्टलैंडर जासी के जो 1.5 पॉइंट है टीम ने जितने होगा वेस्टलैंडर 1.5 पॉइंट 1.5 नहीं गिने जाएगा 1 गिने जाएगा दोनों टीम नोट कर लिया तो फाइनल मैच है किशनपुरा वर्सेस कड़ियाना दोनों टीम के दरमियान है जी सिरे की टक्कर शुरू होने जा रही है किशनपुरा हेलो 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 साउंड मैच नहीं बदल दे मेरा वीरे जी चल हम दो मैच रहे दो मैच पिछले जो सवाल है खराब ना हो मैच जल्दी ना शुरू करवा दिता जाए मैच तकड़ा दोनों टीमों के दरमियान किशनपुरा कड़ियाने टीमों के दरमियान तकड़ी टक्कर होगी कड़ियाना कहते लुधियाने की बिल्कुल गोदी के बसे हुआ पिंड है किशनपुरा पिंड मेजबान टीम मेरे वीर दोनों टीमों के बीच कहते साजनी कबड्डी के स्टार खेल रहे हैं हेलो ओ भाई हेलो इधर लावी वीर मैच ना जल्दी ना शुरू करवा दे गिरा फिर कबड्डी ओपन का फाइनल मैच खेडा जाएगा कहते मोटरसाइकिल दंते जाने नहीं हेलो
ਮੋਟਰ ਕਿਲਰ ਭਾਰ ਦੇ ਵਿੱਚ ਵੀ ਕਹਿੰਦੇ ਕੂਲਰ ਦਿੱਤੇ ਜਾਣੇ ਨੀ ਮੇਰੀ ਵੀਰੂ ਇਹ ਵੀ ਗੱਲ ਕਹਿੰਦੇ ਵੱਡੀ ਹੈ ਤੇ ਉਧਰ ਕਹਿੰਦੇ ਅਲੀ ਸ਼ਾਕਰ ਪੁਰੀਆਂ ਮੇਰੇ ਵੀਰੋ ਉਹ ਵੀ ਕਹਿੰਦੇ ਕੈਰ ਕਰਦਾ ਖੇਡ ਕਬੱਡੀ ਦੇ ਵਿੱਚ ਪਹਿਲੀ ਕਬੱਡੀ ਕਹਿੰਦੇ ਕੌਣ ਪਾ ਰਿਹਾ ਯਾਰ ਢੱਡਿਆਂ ਵਾਲਾ ਬਿੱਲਾ ਮੇਰੇ ਵੀਰੂ ਪੰਜਵੀਂ ਕਬੱਡੀ ਦਾ ਅਸਤਾਰ ਆ ਮੁੰਡਾ ਤੇ ਬਿੱਲੇ ਦਾ ਕਹਿੰਦੇ ਢੱਡੇ ਪਿੰਡਾ ਬਿੱਲਾ ਢੱਡਿਆਂ ਵਾਲਾ ਕਬੱਡੀ ਪਾ ਰਿਹਾ ਉਧਰ ਕਹਿੰਦੇ ਪਟਕਾਰ ਅਲੀ ਦਾ ਨਾਂ ਚੱਲਦਾ ਖੇਡ ਕਬੱਡੀ ਦੇ ਵਿੱਚ ਤੇ ਇਧਰ ਮੁੰਡੇ ਨੇ ਕੀਤੀ ਟਰਾਈ ਪਰ ਫਾਈਨ ਜਿਹੜਾ ਮੇਰੇ ਵੀਰੋ ਢੱਡਿਆਂ ਵਾਲਾ ਟੀਮ ਦੇ ਸੁੱਟ ਜੁੜ ਗਿਆ ਜਿੰਨੇ ਵੀ ਜੱਫੇ ਨਵੀਂ ਲਾਊਗਾ ਦੋ ਦੋ ਸੌ ਰੁਪਈਆ ਸ਼ੇਰੂ ਨੌਜਵਾਨ ਕਬੱਡੀ ਪਾ ਰਿਹਾ ਹੁੰਦਿਆ ਹੋਇਆ ਸਰੀਰ ਹੈ ਸਵੱਤਰ ਜਿਹਾ ਕਰਦਾ ਕਿ ਫਾਈਨਲ ਮੈਚ ਕਬੱਡੀ ਦਾ ਆਓ ਦੇਖੋ ਮੇਰੇ ਮਿੱਤਰੋ ਜੱਫਾ ਲੱਗਣ ਜਾ ਰਿਹਾ ਕੂਲਰ ਦਿੱਤੇ ਜਾ ਰਹੇ ਹੈ ਤੇ ਕੱਲ ਨੂੰ ਕਿਹੜਾ ਖਿਡਾਰੀ ਕੂਲਰ ਦੀ ਠੰਡੀ ਹਵਾ ਦਾ ਆਨੰਦ ਮਾਣੇਗਾ ਆਹ ਦੇਖੋ ਆਪਣੇ ਬਾਹੂਬਲ ਦਾ ਆਪਣੇ ਚੋਰ ਦਾ ਪ੍ਰਦਰਸ਼ਨ ਕਰਦਾ ਹੋਇਆ ਕੜਿਆਣੇ ਦੀ ਧਰਤੀ ਦਾ ਮੇਰੇ ਵੀਰੋ ਇਹ ਬਜਰੀ ਕਬੱਡੀ ਦਾ ਸਟਾਰ ਹੈ ਤੇ ਉਧਰ ਵਿਜੇ ਦੀ ਕਬੱਡੀ ਉਧਰ ਲੱਕ ਨੂੰ ਮੋਟਾ 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 ਹੋ ਗਈ ਸਕਦੇ ਉਧਰ ਪਹਿਲਾਂ ਕੌਕੇ ਵਾਲੇ ਮੋਟੇ ਨੇ ਵੀ ਅੱਜ ਕਹਿੰਦੇ ਤੋਣੀਆਂ ਮਨਾਉਣ ਵਾਲੀ ਗੱਲ ਕੀਤੀ ਆ ਤੇ ਆਹ ਮੋਟੇ ਨੇ ਤਾਂ ਦਫਾ ਲਾ ਕੇ ਗੱਲ ਸਿਰੇ ਹੀ ਲਾ ਦਿੱਤੀ ਆ ਅਗਲੀ ਕਬੱਡੀ ਕੌਣ ਪਾ ਰਿਹਾ ਇਹ ਮੁੰਡਾ ਬਿੱਲਾ ਢੱਡਿਆਂ ਵਾਲਾ ਮੇਰੇ ਵੀਰੋ ਇਹ ਵੀ ਬਜਰੀ ਕਬੱਡੀ ਦਾ ਸਟਾਰ ਹੈ ਕਿ ਚੜ ਜੀ ਮੇਰੇ ਮੁੰਡਾ ਖੇਡ ਰਿਹਾ ਕਬੱਡੀ ਹੋਵੇ ਕਿ ਖਾ ਕੇ ਖੁਰਾਕ ਲਾਉਂਦਾ ਧਰਤੀ ਨਾ ਟੀਵੇ ਇਹ ਆਖਦੇ ਸਿਆਣੇ ਗੱਲ ਸੁਣ ਤੇ ਸੁਣਾ ਕੇ ਦੀ ਖੇਡ ਹੈ ਕਬੱਡੀ ਲੋਕ ਪਹਿਲੇ 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 ਦਾਬੇ ਦੀ ਖੇਡ ਹੈ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਇਹਨੇ ਖੇਡ ਕਬੱਡੀ ਚੜ੍ਹਦੀ ਜਵਾਨੀ ਨਹੀਂ ਹੈ ਤੇ ਐਨ ਸਿਰੇ ਦੇ ਅੱਜ ਖੇਡੇ ਜਾ ਰਹੇ ਹੈ ਫਾਈਨਲ ਮੈਚ ਹੈ ਰੇਡਰ ਦੇ ਜਾਫੀ ਨੂੰ ਕੂਲਰ ਦਿੱਤੇ ਜਾ ਰਹੇ ਹੈ ਤਾਂ ਦੇਖੋ ਸਿਆਣੇ ਨੇ ਕਬੂ ਨੇ ਕਬੱਡੀ ਪਾ ਦਿੱਤੀ ਹੈ ਆ ਜਾਫੀ ਗੇ ਦੇਖੇ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ ਪਰ ਮੁੰਡਾ ਬੜਾ ਤੇਜ਼ ਹੈ ਸਪੀਡ ਰਫਤਾਰ ਜਿਹੜੀ ਬਹੁਤ ਜ਼ਿਆਦਾ ਹੈ ਨੰਬਰ ਆਪਣੀ ਟੀਮ ਦੇ ਲਈ ਜ਼ਰੂਰ ਦਾ ਹੋਇਆ ਸ਼ੇਰੂ ਫਿਰ ਕਬੱਡੀ ਪਾ ਰਿਹਾ ਚਾਰ ਜਾਫੀ ਹੈ ਉਧਰ ਕਹਿੰਦੇ ਲਿਆਕਤ ਅਲੀ ਇੱਕ ਕੰਨੀ ਦੇ ਉੱਪਰ ਹੈ ਆ ਮੁੰਡਾ ਕਹਿੰਦੇ ਲਿਆਕਤ ਅਲੀ ਹੈ ਆਓ ਦੇਖੋ ਫਿਰਿਆ ਕਿੱਦਾਂ ਬੰਦੇ ਬੱਲੇ ਆਓ ਦੇਖੋ ਛਿੜੇ ਦਾ ਜੱਫਾ ਇੱਕ ਸੌ ਦੇ ਮਾਨ ਸਨਮਾਨ ਇਹ ਸਾਡੇ ਕਮੇਟੀ ਮੈਂਬਰਾਂ ਦੀ ਤਰਫੋਂ ਹੈ ਬਹੁਤ ਸਤਿਕਾਰਯੋਗ ਵੀਰ ਸਾਡੇ ਇੱਕ ਸੌ ਦਾ ਮਾਨ ਇਸ ਨੌਜਵਾਨ ਜਾਫੀ ਦੇ ਲਈ ਹੈ ਆਓ ਕਹਿੰਦੇ ਲਿਆਕਤ ਅਲੀ ਨੇ ਤਕੜਾ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜ਼ਰੂਰ ਦਿੱਤਾ ਅਗਲੀ ਕਬੱਡੀ ਵਿਜੇ ਕੜਿਆਣੇ ਵਾਲਾ ਫਿਰ ਪਾ ਰਿਹਾ ਮੇਰੇ ਵੀਰੋ ਪ੍ਰਧਾਨ ਇੱਕ ਸੌ ਉਹਨਾਂ ਦੀ ਤਰਫੋਂ ਕੇਸ਼ਵਪੁਰੇ
चार जाफी किशनपुरे ਮੈਂ ਤਾਂ ਸਿਰੇ ਦਾ ਖੇਡਿਆ ਗਿਆ
ਪਿੰਡ ਦਾ ਬੈਸਟ ਜਾਫੀ ਛੇ ਟੱਚ ਤੇ ਦੋ ਜਫੇ ਤਿੰਨ ਜਫੇ ਲਿਆਕਤ ਅਲੀ ਦੇ ਲਈ ਜ਼ੋਰਦਾਰ ਤਾੜੀ ਮਾਰ ਦਿਓ ਅਲੀ ਦੇ ਲਈ ਜ਼ੋਰਦਾਰ ਤਾੜੀ ਬਿੱਲੀ ਨੇ ਛੇ ਕਬੱਡੀਆਂ ਪਾ ਕੇ ਪੰਜ ਪੁਆਇੰਟ ਪ੍ਰਾਪਤ ਕੀਤੇ ਹੈ ਪਰ ਉੱਧਰ ਕੜਿਆਣੇ ਦੀ ਟੀਮ ਦੇ ਸੰਦੀਪ ਨੇ ਪੰਜ ਕਬੱਡੀਆਂ ਪਾਈਆਂ ਪੰਜ ਨੰਬਰ ਲਏ ਆ ਉਹ ਬੈਸਟ ਰੇਡਰ ਆ ਉਹਦੇ ਲਈ ਵੀ ਜ਼ੋਰਦਾਰ ਤਾੜੀ ਮਾਰ ਦਿਓ ਇਸ ਮੈਚ ਦੇ ਵਿੱਚੋਂ